ਜੇਰਾਪੇ ਸਾਡਾ ਸਰਕਾਰਾਂ ਕਰਦੀਆਂ ਨੇ ਜੇਰਾਪੇ ਸਾਡੀ ਕਾਫੀ ਯਾਰੀ ਭਗਵੰਤ ਮਾਨ ਨਾਲ ਮੀਟਿੰਗ ਹੋਈ ਆ ਉਹਨਾਂ ਨੇ ਸਾਨੂੰ ਕਿਹਾ ਸੀ ਕਹਿੰਦੇ ਵੀ ਤੁਹਾਡੇ ਜੀ ਅਸੀਂ 500 ਬੰਦੇ ਦੀ ਜੁਆਇਨਿੰਗ ਕਰਾ ਦੇਾਂਗੇ ਦੋ ਤਿੰਨਾਂ ਦੀ ਮੀਟਿੰਗ ਹੋ ਗਈ ਤੇ ਪਰ ਕੋਈ ਹੱਲ ਨਹੀਂ ਕੀਤਾ ਅਸੀਂ ਪਹਿਲਾਂ ਵੀ ਰੋਡ ਜਾਮ ਕੀਤਾ ਸੀਗਾ ਕੁੜੀਆਂ ਟੈਂਕੀ ਤੇ ਆਹੀ ਕੁੜੀਆਂ ਟੈਂਕੀ ਤੇ ਚੜੀਆਂ ਸੀ ਉਹੀ ਕੁੜੀਆਂ ਟਾਵਰ ਦੇ ਚੜੀਆਂ ਤੇ ਸਾਡਾ ਕੋਈ ਹੱਲ ਨਹੀਂ ਕਰਦੇ 2016 ਦੇ ਅਸੀਂ ਭਗਾਈ ਕਰੀ ਜੰਨੇ ਆ ਪਹਿਲਾ ਸਾਡੇ ਜਲਾਲਾਬਾਦ ਵੀ ਪਰਚੇ ਹੋਏ ਸੀਗੇ ਫਿਰ ਉਦੋਂ ਬਾਅਦ ਅਸੀਂ ਮਰਿੰਡੇ ਵੀ ਗਏ ਪਟਿਆਲੇ ਵੀ ਗਏ ਕੋਈ ਹੱਲ ਨਹੀਂ ਹੋਇਆ ਸਾਨੂੰ ਆਏ ਸੀ ਚਲਾ ਸਰਕਾਰ ਅਸੀਂ ਆਪ ਨੇ ਬਣਾਈ ਆ ਉਹਦੇ ਵੋਟਾਂ ਪਾਈਆਂ ਸਾਡੀ ਗੱਲ ਸੁਣਨਗੇ ਤਿੰਨ ਮਹੀਨੇ ਹੋ ਗਏ ਭਰਾ ਇੱਕ ਹੋਰ ਜੀ ਤਾਂ ਆਏ ਨਹੀਂ ਕਹਿੰਦੇ ਮੈਂ ਉਹਨਾਂ ਨੂੰ ਕੀ ਜਵਾਬ ਦਵਾਂਗੀ ਕਿਤੇ ਮੁੰਡੇ ਮੇਰੇ ਗੱਲ ਨਾ ਪਹਿ ਜਾਣ ਉਹਨਾਂ ਨੇ ਇਹ ਜਵਾਬ ਦਿੱਤਾ ਸੀ ਸੁਧਾਰਨ ਦੀ ਕਿਤਾਬ ਚ ਕਿਹੜੀ ਕਿਹੜੇ ਪੰਨੇ ਤੇ ਇਹ ਲਿਖਿਆ ਵੀ ਵੋਟਾਂ ਤੋਂ ਪਹਿਲਾਂ ਲੋਕਾਂ ਨਾਲ ਵਾਅਦੇ ਕਰੋ ਜਦੋਂ ਸੱਤਾ ਚ ਆਉਣ ਤੋਂ ਬਾਅਦ ਲੋਕ ਤੰਗ ਹੋਣ ਤੁਸੀਂ ਐਸ਼ ਕਰੋ ਰਾ ਸਰਕਾਰ ਨੇ ਤਾਂ ਕੁਛ ਕੀਤਾ ਹੀ ਨਹੀਂ 5 ਸਾਲ ਕੈਪਟਨ ਨੇ ਤਾਂ ਮਹਿਲਾਂ ਦਾ ਦਰਵਾਜ਼ਾ ਨਹੀਂ ਖੋਲਿਆ ਚੰਨੀ ਨੇ ਮਗਰਲੇ 3 ਮਹੀਨੇ ਟੈਂਟ ਤੇ ਬੱਕਰੀਆਂ ਚੋਆਂਾਂ ਦੇ ਮੰਜੇ ਬੁਣੇ ਆ ਉਹਨਾਂ ਦਾ ਵੀ ਤੁਹਾਨੂੰ ਪਤਾ ਚੰਗੀ ਤਰ੍ਹਾਂ ਹੁਣ ਵੀ ਉਹ ਧਰਨੇ ਲਾਉਂਦੇ ਫਿਰਦੇ ਰਾਜੇ ਵੜੈਂਗ ਕਰਕੇ ਜੇ ਤੁਸੀਂ ਅੱਜ ਤੱਕ ਕੰਮ ਕੀਤਾ ਹੁੰਦਾ ਤਾਂ ਹੁਣ ਨੂੰ ਹੀ ਤੁਹਾਨੂੰ ਪਾਣੀ ਦੀਆਂ ਵਾਛਰਾਂ 'ਚ ਸਹਿਣਾ ਨਹੀਂ ਪੈਂਦਾ ਜੀ ਦੇਪਾਲ ਜੀ ਮਾਨੂੰ ਮਿਲੇ ਕਹਿੰਦਾ ਅਸੀਂ ਬਾਰੀ ਖੜਕਾ ਜੀ ਸਾਰਾ ਸੀ ਵੀ ਸਾਡੀ ਗੱਲ ਬਾਤ ਸੁਣੋ ਮੇਰੀ ਬੇਟਾ ਮੀਟਿੰਗ ਆ ਬਸ ਇੰਨਾ ਕਹਿ ਕੇ ਜੀ ਅਸੀਂ ਕਾ ਜੀ ਮੀਟਿੰਗਾਂ 'ਚ ਭਾਉਣ ਵਾਲੇ ਕੌਣ ਆ ਅਸੀਂ ਆ ਤੇ ਅਸੀਂ ਕਿਉਂ ਖੱਦਰ ਖਰਾ ਮੰਤੂ ਮੰਸਾਨ ਨੇ ਹੱਤਕ ਪਹਿਲਾ ਟਵੀਟ ਕੀਤਾ ਸੀ ਮੈਂ ਜੇ 12 ਵਜੇ ਫ੍ਰੀ ਹੁੰਨਾ ਮੈਂ ਸੋਚਦਾ ਵੀ ਮੈਂ ਬੋਹ ਜਾ ਮੇਰਾ ਹਰਾ ਪੈਨ ਚੱਲੇ ਤੇ ਲੋਕਾਂ ਦੇ ਚੁੱਲਿਆਂ ਦੀ ਅੱਗ ਬਲੇ ਤੇ ਮੈਨੂੰ ਇਦੋਂ ਵੱਡਾ ਪੰਨ ਕੀ ਹੋ ਜਾਦਾ ਪਰ ਅਸੀਂ ਇਹ ਸੋਚਦੇ ਆ ਵੀ ਤੁਹਾਨੂੰ ਆਹ ਕਿਉਂ ਨਹੀਂ ਦਿੰਦਾ ਮੈਨੂੰ 10 ਮਿੰਟ ਵਿਧਾਨ ਸਭਾ 'ਚ ਬੋਲਣ ਦਾ ਟਾਈਮ ਦਿੱਤਾ ਆਵੇ ਇੱਕ ਪਾਸੇ 92 ਦੇ 92 ਐਮਐਲ ਖੜ ਜਾਂ ਨਾ ਲਾਈਵ ਹੋ ਕੇ ਵੇਖਣ ਸਾਰੇ ਜੇ ਸਾਡੀ ਕਾਲਜ ਕਮੀ ਹੋਈ ਤਾਂ ਅਸੀਂ ਨੀਵੇਂ ਹੋ ਕੇ ਇਹਨਾਂ ਦੇ 바ਰਗੋ ਮੁਰਜਾਂਗੇ ਪ੍ਰਦਰਸ਼ਨ ਲਗਾਤਾਰ جاری ਹੈ ਕਿਉਂਕਿ ਜੇ ਗੱਲਬਾਤ ਕਰੀਏ ਤਾਂ ਚੰਡੀਗੜ੍ਹ ਤੋਂ ਬਠਿੰਡਾ ਨੈਸ਼ਨਲ ਹਾਈਵੇ ਨੂੰ ਪੂਰਾ ਜਾਮ ਕਰ ਦਿੱਤਾ ਗਿਆ ਹੈ ਕਿਉਂਕਿ ਜੇ ਗੱਲਬਾਤ ਉਹ ਵੀ ਕਰੀਏ ਕਿ ਪੁਲਿਸ ਭਰਤੀ ਪੁਲਿਸ ਭਰਤੀ 2007 ਪੁਲਿਸ ਭਰਤੀ 2017 ਵੱਡਾ ਪ੍ਰੋਟੈਸਟ ਕਰ ਰਹੇ ਨੇ ਪਿਛਲੇ 3 ਮਹੀਨਿਆਂ ਤੋਂ ਕਰ ਰਹੇ ਨੇ ਨੈਸ਼ਨਲ ਹਾਈਵੇ ਵੀ ਜਾਮ ਕੀਤਾ ਤੇ ਟਾਵਰ ਤੇ ਟਾਵਰ ਤੇ ਵੀ ਚੜੇ ਹੋਏ ਨੇ ਤਸਵੀਰਾਂ ਤੁਹਾਨੂੰ ਪਹਿਲਾਂ ਵੀ ਦਿਖਾਈਆਂ ਨੇ ਕਿ ਟਾਵਰ ਤੇ ਚੜ ਚੁੱਕੇ ਨੇ ਕਹਿ ਰਹੇ ਨੇ ਕਿ ਸਾਡਾ ਮੰਗਾਂ ਸਾਡੀਆਂ ਮੰਗਾਂ ਮੰਨੀਆਂ ਜਾਣ ਤਾਂ ਹੀ ਅਸੀਂ ਪ੍ਰਦਰਸ਼ਨ ਖਤਮ ਕਰਾਂਗੇ ਬਾਈ ਜੂਰੀ ਮੌਜੂਦ ਨੇ ਬਾਈ ਜੀ ਪਹਿਲਾਂ ਤਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੋਠੀ ਅੱਗੇ ਤੇ ਹੁਣ ਤੁਸੀਂ ਇੱਥੇ ਪਹੁੰਚ ਗਏ ਕੀ ਗੱਲ ਤੁਹਾਡੀ ਕੋਈ ਗੱਲਬਾਤ ਸੁਣੀ ਨਹੀਂ ਗਈ ਨਹੀਂ ਜੀ ਸਾਡੀ ਕਾਫੀ ਵਾਰੀ ਭਗਵੰਤ ਮਾਨ ਨਾਲ ਮੀਟਿੰਗ ਹੋਈ ਆ ਉਹਨਾਂ ਨੇ ਸਾਨੂੰ ਕਿਹਾ ਸੀ ਕਹਿੰਦੇ ਵੀ ਤੁਹਾਡੇ ਅਸੀਂ 500 ਬੰਦੇ ਦੀ ਜੁਆਇਨਿੰਗ ਕਰਾ ਦੇਾਂਗੇ ਤੋ ਤੇਨਾਂਰੀ ਮੀਟਿੰਗ ਹੋ ਗਈ ਤੇ ਪਰ ਕੋਈ ਹੱਲ ਨਹੀਂ ਕੀਤਾ ਅਸੀਂ ਪਹਿਲਾਂ ਵੀ ਰੋਡ ਜਾਮ ਕੀਤਾ ਸੀਗਾ ਕੁੜੀਆਂ ਟੈਂਕੀ ਤੇ ਆਹੀ ਕੁੜੀਆਂ ਟੈਂਕੀ ਤੇ ਚੜੀਆਂ ਸੀ ਉਹੀ ਕੁੜੀਆਂ ਟਾਵਰ ਤੇ ਚੜੀਆਂ ਤੇ ਸਾਡਾ ਕੋਈ ਹੱਲ ਨਹੀਂ ਕਰਦੇ ਐਸਐਸਪੀ ਸਾਹਿਬ ਦੇ ਹੱਥ ਬਹੁਤ ਕੁਝ ਹੁੰਦਾਗਾ ਮੀਟਿੰਗ ਕਰਵਾ ਦੇਣ ਇੱਕ ਸਾਲਿਡ ਜੀ ਪਰ ਨਹੀਂ ਹੁੰਦਾ ਮੀਟਿੰਗ ਨਾਲ ਹੱਲ ਸਾਡਾ ਪੈਸੇ ਅੱਜ ਦਾ ਮਾਹੌਲ ਦੇਖੀਏ ਤਾਂ ਟਾਵਰ ਤੇ ਚੜ ਚੁੱਕੇ ਨੇ ਕਿੰਨੇ ਬੰਦੇ ਟਾਵਰ ਤੇ ਚੜ ਚੁੱਕੇ ਨੇ ਕੌਣ ਕੌਣ ਚੜ ਚੁੱਕੇ ਨੇ ਚਾਰ ਕੁੜੀਆਂ ਜੀ ਇੱਕ ਤਾਂ ਬਿਮਲਾ ਰਾਣੀ ਆ ਤੇ ਮਨਪ੍ਰੀਤ ਕੌਰ ਆ ਦੋ ਦੋ ਕੁੜੀਆਂ ਹੋਰ ਆ ਸਰਬਜੀਤ ਕੌਰ ਆ ਉਹ ਬੈਠੀਆਂ ਹੁਣ ਤੁਸੀਂ ਆਪ ਦੇਖ ਲਓ ਨਾ ਤਾਂ ਉਥੇ ਕੋਈ ਟਾਇਲਟ ਦੀ ਸੁਵਿਧਾ ਹੈਗੀ ਨਾ ਕੋਈ ਖਾਣ ਪੀਣਾਂ ਉਹ ਕਿੰਨਾ ਚਟਕੀਆਂ ਰਹਿਣਗੀਆਂ ਉਥੇ ਹੁਣ ਇਹਨਾਂ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਨਹੀਂ ਵੀ ਉਥੇ ਗੱਲਬਾਤ ਕਰਨ ਸਾਰਾ ਕੁਝ ਹਲੋ ਉੱਪਰ ਨੂੰ ਮੂੰਹ ਕਰਕੇ ਦੇਖੀ ਜਾਂਦੇ ਉਹਦੇ ਬੰਨੀ ਪੈਸੇ ਬਾਈ ਜੀ ਪ੍ਰਸ਼ਾਸਨ ਤਾਂ ਮੌਜੂਦ ਆ ਇੱਥੇ ਗੱਲਬਾਤ ਤੁਹਾਡੇ ਨਾਲ ਕਰੀ ਨਹੀਂ ਕੋ ਤੱਕ ਕੋਈ ਸਾਡੀ ਇਹਨਾਂ ਨਾਲ ਗੱਲਬਾਤ ਨਹੀਂ ਉਹ ਮੀਟਿੰਗ ਕਹਿੰਦੇ ਆ ਕਹਿੰਦੇ ਤੁਹਾਨੂੰ ਮੀਟਿੰਗ ਦਵਾ ਦੇਾਂਗੇ ਉਹਦੇ ਉਹਦੇ ਚ ਸਾਨੂੰ ਕੋਈ ਸੋਲਿਡ ਨਹੀਂ ਸਾਡੀ ਬਸ ਸਾਡੀ ਮੰਗ ਇਹੀ ਆ ਵੀ ਸਾਡੀ ਅਫੀਸ਼ੀਅਲ ਸਾਈਡ ਦੇ ਉੱਤੇ ਨਾ ਸਾਡੀ ਜਿਹੜੀ ਵੇਟਿੰਗ ਲਿਸਟ ਦੀ ਪਾਈ ਹੋਈ ਹੈ ਉਹਦੇ ਤੇ ਮੈਰਿਟ ਲਿਸਟ ਕਰ ਦੇ ਡੀਜੀਪੀ ਨਾਲ ਵੀ ਸਾਡੀ ਮੀਟਿੰਗ ਹੋਈ ਸੀ ਉਹਨਾਂ ਨੇ ਵੀ ਇਹੀ ਕਿਹਾ ਸੀ ਵੀ ਤੁਹਾਡਾ ਕੋਈ ਨਹੀਂ ਤੁਸੀਂ ਓਵਰੇਜ ਹੋ ਚੁੱਕੇ ਹੋ ਮੈਂ ਵੀ ਗੱਲ ਕਰੂ ਭਗਵਾਨ ਤਮਨ ਸਾਹਿਬ ਨਾਲ ਵੀ ਇਹਨਾਂ ਨੂੰ ਕਿਤੇ ਨਾ ਕਿਤੇ ਐਡਜਸਟ ਕੀਤਾ ਜਾਵੇ ਪਰ ਹਜੇ ਤੱਕ ਕੋਈ ਨਹੀਂ 2016 ਦੇ ਅਸੀਂ ਭੁਗਾਈ ਕਰੀ ਜਾਂਦੇ ਆ ਪਹਿਲਾਂ ਸਾਡੇ ਜਲਾਲਾਬਾਦ ਵੀ ਪਰਚੇ ਹੋਏ ਸੀਗੇ ਫਿਰ ਉਦੋਂ ਬਾਅਦ ਅਸੀਂ ਮਰਿੰਡੇ ਵੀ ਗਏ ਪਟਿਆਲੇ ਵੀ ਗਏ ਕੋਈ ਹੱਲ ਨਹੀਂ ਹੋਇਆ ਸਾਨੂੰ ਆਏ ਸੀ ਚਲ ਆ ਸਰਕਾਰ ਅਸੀਂ ਆਪ ਨੇ ਭਰਾ ਇੱਕ ਔਰਜੀ ਤਾਂ ਇਹ ਨਹੀਂ ਕਹਿੰਦੇ ਮੈਂ ਉਹਨਾਂ ਨੂੰ ਕੀ ਜਵਾਬ ਦਵਾਂਗੀ ਕਿਤੇ ਮੁੰਡੇ ਮੇਰੇ ਗੱਲ ਨਾ ਪੈ ਜਾਣ ਉਹਨਾਂ ਨੇ ਇਹ ਜਵਾਬ ਦਿੱਤਾ ਸੀਗਾ ਅਚਾ ਨਰਿੰਦਰ ਕੁਰ ਬਰਾ ਤਿੰਨ ਮਹੀਨੇ ਜ਼ਮੀਨ ਨਹੀਂ ਮਿਲੇ ਤੁਹਾਨੂੰ ਇਹ ਸਾਨੂੰ ਇੱਕ ਕਰੀ ਵੀ ਨਹੀਂ ਮਿਲੇ ਉੱਥੇ ਮੱਛਰ 'ਚ ਬਹਿਨੇ ਆ ਉੱਥੇ ਸਾਡੇ ਕੋਲੇ ਕੋਈ ਸੋਧਾ ਨਹੀਂ ਪਾਣੀ ਧਾਣੀ ਦੀ ਕੁਛ ਨਹੀਂ ਜੇ ਅਸੀਂ ਪਿਛਲੇ ਕਿਹੜੇ ਰੋਡ ਜਾਮ ਕੀਤੀ ਸੀ ਇਹਨੂੰ ਚੱਕ ਚੱਕ ਕੇ ਰੋਡਾਂ ਤੋਂ ਸਾਨੂੰ ਪਾਸੇ ਸਿੱਟਿਆ ਸੀ ਇਥੇ ਪੁਲਿਸ ਪ੍ਰਸ਼ਾਸਨ ਨੇ ਬਿਲਕੁਲ ਭਾਈ ਜੀ ਕਿਵੇਂ ਦੇਖਦੇ ਹੋ ਕਦੋਂ ਪ੍ਰਦਰਸ਼ਨ ਖਤਮ ਕਰੋਗੇ ਜਿਵੇਂ ਉੱਪਰ ਤੁਹਾਡੇ ਨਾਲ ਦੇ ਚੜ ਗਏ ਨੇ ਹਨਾ ਤੇ ਕਦੋਂ ਉਹ ਉਤਰਨਗੇ ਕੀ ਕੀ ਮੰਗਾ ਨੇ ਜਦੋਂ ਕੀ ਅश्वਾਸਨ ਮਿਲਿਆ ਤਾਂ ਉਤਰੋਗੇ ਤੁਸੀਂ ਦੇਖੋ ਜੀ ਮੰਗਾ ਤਾਂ ਸੀਐਮ ਸਾਹਿਬ ਦੇ ਚੰਗੀ ਤਰ੍ਹਾਂ ਧਿਆਨ ਚ ਹੈ ਇਲੈਕਸ਼ਨ ਤੋਂ ਪਹਿਲਾਂ ਹਰੇਕ ਕੈਂਡੀਡੇਟ ਨੇ ਹਰੇਕ ਵਿਧਾਨ ਸਭਾ ਦੇ ਹਲਕੇ ਤੋਂ ਚੰਗੀ ਤਰ੍ਹਾਂ ਆਪਦੇ ਆਪ ਦੇ ਕੈਂਡੀਡੇਟ ਨੂੰ ਜਿਹੜਾ ਜੀ ਵੀ ਉਹਨਾਂ ਦੇ ਸੀਟਾਂ ਤੋਂ ਉੱਠਿਆ ਸੀ ਉਹਨੂੰ ਜਾਣੂ ਕਰਵਾਇਆ ਸੀ ਮੈਂ ਤਾਂ ਸਿਰਫ ਇੱਕ ਇਹੀ ਗੱਲ ਕਰ ਰਿਹਾ ਹਾਂ ਥੋੜੇ ਲਾਈਵ ਹੋ ਕੇ ਜੇ ਸਾਰਾ ਦੇਸ਼ ਜਾਂ ਪੰਜਾਬ ਸੁਣਦਾ ਹੈ ਵੀ ਜਿਹੜਾ ਦੇਖਦਾ ਸਵਿਧਾਨ ਆ ਦੇਖਦਾ ਕਾਨੂੰਨ ਆ ਬਾਬਾ ਮੇਦਕਰ ਨੇ ਕਾਨੂੰਨ ਬਣਾਇਆ ਸਭ ਨੂੰ ਸਭ ਨੂੰ ਪਤਾ ਸੀ ਪੜਿਆ ਵੀ ਆ ਸਰਕਾਰਾਂ ਨੂੰ ਵੀ ਪਤਾ ਪਰ ਅਸੀਂ ਤਾਂ ਇੱਕ ਗੱਲ ਇਹ ਪੁੱਛਣਾ ਚਾਹੁੰਦੇ ਆ ਸਰਕਾਰਾਂ ਨੂੰ ਵੀ ਮੋਦੀ ਤੋਂ ਵੀ ਲੈ ਕੇ ਵੀ ਸੁਧਾਨ ਦੀ ਕਿਤਾਬ ਚ ਕਿਹੜੀ ਕਿਹੜੇ ਪੰਨੇ ਤੇ ਇਹ ਲਿਖਿਆ ਵੀ ਵੋਟਾਂ ਤੋਂ ਪਹਿਲਾਂ ਲੋਕਾਂ ਨਾਲ ਵਾਅਦੇ ਕਰੋ ਜਦੋਂ ਸੱਤਾ ਚ ਆਉਣ ਤੋਂ ਬਾਅਦ ਲੋਕ ਤੰਗ ਹੋਣ ਤੁਸੀਂ ਐਸ਼ ਕਰੋ ਇਹ ਕਾਨੂੰਨ ਕਿ ਸਾਡੇ ਆਸਤੇ ਜਾਂ ਤੁਹਾਡੇ ਆਸਤੇ ਜਾਂ ਵੱਡੇ ਗਰਾਜ ਘਰਾਣੇ ਆਸਤੇ ਕਾਨੂੰਨ ਆਸਤੇ ਹੀ ਗਏ ਇਹਨਾਂ ਨੂੰ ਇਹ ਚੀਜ਼ਾਂ ਪੁੱਛਣਾ ਚਾਹੁੰਦੇ ਆ ਵੀ ਜੇ ਤੁਸੀਂ ਵਾਦੇ ਉਹਨੇ ਕਰੋ ਲੋਕਾਂ ਨਾਲ ਵੀ ਜਿੰਨੇ ਤੁਸੀਂ ਪੂਰੇ ਕਰ ਸਕੋ ਅਸੀਂ ਅਪੀਲ ਕਰਦੇ ਆ ਮਾਨ ਸਾਹਿਬ ਨੂੰ ਵੀ ਤੁਹਾਨੂੰ ਵੀ ਪਤਾ ਵੀ ਕਾਂਗਰਸ ਸਰਕਾਰ ਨੇ ਤਾਂ ਕੁਝ ਕੀਤਾ ਹੀ ਨਹੀਂ 5 ਸਾਲ ਕੈਪਟਨ ਨੇ ਤਾਂ ਮਹਿਲਾ ਦਾ ਦਰਵਾਜ਼ਾ ਨਹੀਂ ਖੋਲਿਆ ਚੰਨੀ ਨੇ ਮਗਰਲੇ 3 ਮਹੀਨੇ ਟੈਂਟ ਤੇ ਬੱਕਰੀਆਂ ਚੌਂਗਾਂ ਦੇ ਮੰਜੇ ਬੁਣੇ ਆ ਉਹਨਾਂ ਦਾ ਵੀ ਤੁਹਾਨੂੰ ਪਤਾ ਚੰਗੀ ਤਰ੍ਹਾਂ ਹੁਣ ਵੀ ਉਹ ਧਰਨੇ ਲਾਉਂਦੇ ਫਿਰਦੇ ਰਾਜੇ ਵੜਿਆਂ ਕਰਕੇ ਜੇ ਤੁਸੀਂ ਅੱਜ ਤੱਕ ਕੰਮ ਕੀਤਾ ਹੁੰਦਾ ਤਾਂ ਤੁਹਾਨੂੰ ਵੀ ਤੁਹਾਨੂੰ ਪਾਣੀ ਦੀਆਂ ਵਾਛਰਾਂ ਤੇ ਤੋ ਇਹ ਸਾਰੋ ਕੁਝ ਕਰ ਸਕਦਾ ਤੁਹਾਨੂੰ ਲੋਕਾਂ ਨੇ ਪੂਰਨ ਬਹੁਤ ਦਿੱਤਾ ਪੂਰਾ ਵੈਸੇ ਭਾਈ ਜੀ ਪੁਲਿਸ ਪ੍ਰਸ਼ਾਸਨ ਤੁਹਾਡੇ ਨਾਲ ਸੰਪਰਕ ਕਰ ਰਿਹਾ ਗੱਲਬਾਤ ਕਰ ਰਿਹਾ ਕੀ ਕਹਿ ਰਹੇ ਨੇ ਉਹ ਵੀ ਕੀ ਕੀ ਤੁਸੀਂ ਕੀ ਮੰਨ ਲਓ ਤੁਹਾਡੀ ਮੰਗ ਕੀ ਆ ਉਹ ਕੀ ਕਹਿੰਦੇ ਨੇ ਮੀਨਾ ਜੀ ਆਪਣੇ ਸਿੱਧੂ ਸਾਹਿਬ ਜੀ ਅਸੀਂ ਵੀ ਧੰਨਵਾਦ ਕਰਦੇ ਹਾਂ ਉਹਨਾਂ ਨੇ ਸੀਐਮ ਸਾਹਿਬ ਨਾਲ ਮੀਟਿੰਗ ਕਰਵਾਈ ਸੀ ਮੈਂ ਖੁਦ ਗਿਆ ਸੀ ਮਾਨ ਸਾਹਿਬ ਕੋਲੇ ਇੱਕ ਕੁੜੀ ਗਈ ਸੀ ਅਸੀਂ ਉਹਨਾਂ ਨਾਲ ਜੀ ਸਾਰੀ ਗੱਲ ਨੋਟ ਕਰਵਾਈ ਮਾਨ ਸਾਹਿਬ ਨੂੰ ਕੱਲੀ ਕੱਲੀ ਗੱਲ ਦਸੀ ਸੀ ਕਿ ਜੀ ਮਾਨ ਸਾਹਿਬ ਜਿੱਥੋਂ ਤੋਂ ਸਾਨੂੰ ਜਵਾਬ ਹੀ ਦੇ ਦੋ ਵੀ ਅਸੀਂ ਘਰੇ ਤਾਂ ਬਹਿਣ ਜੋਗੇ ਜੀ ਇਹ ਕਹਿੰਦਾ ਮੈਂ ਤੁਹਾਡਾ ਹੱਲ ਕਰੂੰਗਾ ਮੈਨੂੰ ਥੋੜਾ ਜਿਹਾ ਟਾਈਮ ਦਿਓ ਅਸੀਂ ਕਿ ਜੀ ਕਿੰਨਾ ਕੁ ਟਾਈਮ ਮੈਂ ਕਿਹਾ ਜੀ ਉਹਨਾਂ ਨੇ ਮੇਰਾ ਨੰਬਰ ਵੀ ਲਿਖਿਆ ਸੀ ਪਰ ਜੀ ਨੰਬਰ ਮੇਰਾ ਕਟਵੜ 54 ਲਿਖਿਆ ਹੀ ਰਹਗਾ ਮੈਨੂੰ ਕੋਈ ਵੀ ਕਾਲ ਨਹੀਂ ਆਈ ਅਸੀਂ ਜਾ ਜਾ ਕੇ ਦਰਵਾਜ਼ਾ ਵੀ ਖੜਕਾਉਣੇ ਆ ਪਰ ਉੱਥੇ ਇੱਕ ਗੱਲ ਕਰਦੇ ਆ ਜੀ ਅਸੀਂ ਚੰਡੀਗੜ੍ਹ ਦੀ ਵੀ ਚੰਡੀਗੜ੍ਹ ਉੱਤੋਂ ਆਇਆ ਜਾਂ ਧਰਤੀ ਚੋਂ ਨਿਕਲਿਆ ਜਾਂ ਕਿਸੇ ਫੋਰਨ ਦੀ ਕੰਟਰੀ ਨਾਲ ਦੇ ਕਾਨੂੰਨ ਦੇ ਲਿੰਕ ਜੇ ਅਸੀਂ ਕੰਨ ਅਸੀਂ ਬਾਰੀ ਖੜਕਾਈ ਸੀਗਾ ਸਾਰਾ ਸੀ ਵੀ ਸਾਡੀ ਗੱਲ ਬਾਤ ਸੁਣੋ ਮੇਰੀ ਬੇਟਾ ਮੀਟਿੰਗ ਆ ਬਸ ਇੰਨਾ ਕਹਿ ਕੇ ਜੀ ਅਸੀਂ ਕਹਾਂ ਜੀ ਮੀਟਿੰਗਾਂ ਚ ਭਾਉਣ ਵਾਲੇ ਕੌਣ ਆ ਅਸੀਂ ਆ ਤੇ ਅਸੀਂ ਕਿਉਂ ਖਦਲ ਖਰਾਬ ਹੋ ਰਹੇ ਹਾਂ ਬਸ ਇੰਨੀ ਗੱਲ ਕੁਛ ਨਹੀਂ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਕਿਤੇ ਵੀ ਚੰਡੀਗੜ੍ਹ ਦਾ ਦਰਵਾਜ਼ਾ ਖੜਕਾਉਣੇ ਆ ਉੱਥੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਵੀ ਅਸੀਂ ਤਾਂ ਮੈਂ ਜੀ ਪੰਜਾਬ ਦੇ ਲੋਕਾਂ ਨੂੰ 2.5-3 ਕਰੋੜ ਲੋਕਾਂ ਨੂੰ ਦੇਸ਼ ਵਾਸੀਆਂ ਨੂੰ ਇਹ ਕਹਿਣਾ ਹੈ ਵੀ ਇੱਕ ਸਰਪ ਚਾਰ ਸਾਲ 10 ਮਹੀਨੇ ਲੋਕਾਂ ਨੇ ਸਰਕਾਰਾਂ ਨਹੀਂ ਵੇਖੋ ਮੁੜ ਕੇ 2 ਸਾਲ ਉਹਨਾਂ ਨੇ ਗੱਲਾਂ ਚਾ ਕੇ ਜੇ ਜੀ ਅਸੀਂ ਛਤਰੀ ਮਾਰਨੇ ਆ 2 ਮਹੀਨੇ ਫਿਰ ਰਾਜੇ ਘਰਾਣਿਆਂ ਦੇ ਚੰਨੀ ਵਰਗਨ ਰਾਜ ਦਿੱਤਾ ਜੀ ਅਸੀਂ ਉਹਨਾਂ ਤੋਂ ਕੀ ਖਟਿਆ ਸੀ ਇੱਕ ਵੀ ਵੈਸੇ ਹੁਣ ਹੁਣ ਤੁਹਾਡੀ ਮੰਗ ਕੀ ਹੈ ਇੱਕ ਟਵੀਟ ਦੀ ਮੰਗ ਹੈ ਜੇ ਟਵੀਟ ਉੱਪਰੋਂ ਮੁੱਖ ਮੰਤਰੀ ਪੰਜਾਬ ਕਰ ਦੇ ਜਾਂ ਟਵੀਟ ਹੁੰਦਾ ਤਾਂ ਤੁਸੀਂ ਉਤਰੋਗੇ ਥੱਲੇ ਜਾਂ ਕੋਈ ਹੋਰ ਗੱਲ ਮੰਗਤਾ ਜੀ ਮਾਨ ਸਾਹਿਬ ਤੱਕ ਇਹੀ ਹੈ ਵੀ ਜਿੰਨਾ ਉਮੀਦਾਂ ਨਾਲ ਪੰਜਾਬ ਦੇ ਲੋਕਾਂ ਨੇ ਅਸੀਂ ਨਹੀਂ ਆਦੇ ਵੀ ਅਸੀਂ ਕੱਲੇ ਸੀ ਪੰਜਾਬ ਦੇ ਲੋਕਾਂ ਨੇ ਮਾਨ ਸਾਹਿਬ ਨੂੰ ਤਖਤ ਤੇ ਬਹਾਇਆ ਕੈਪਟਨ ਦੇ ਵਾਂਗੂ ਝਾੜੂ ਨੂੰ ਵੋਟ ਨਹੀਂ ਬਈ ਕੱਲੇ ਭਗਵੰਤ ਮਾਨ ਦੇ ਨਾਂ ਨੂੰ ਵੋਟ ਪਈ ਅੱਜ ਵੀ ਪੰਜਾਬ ਦੇ ਵਿੱਚ ਭਗਵੰਤ ਮਾਨ ਦੇ ਨਾਂ ਨੂੰ ਹੀ ਵੋਟ ਪੈ ਸਕਦੀ ਹੈ ਸਿਰਫ ਉਹਨੂੰ ਅਸਟੇ ਉਮੀਦ ਕਰਦੇ ਆਂ ਜਿਵੇਂ ਭਗਵੰਤ ਮਾਨ ਸਾਹਿਬ ਨੇ ਹੁਣ ਤੱਕ ਪਹਿਲਾਂ ਟਵੀਟ ਕੀਤਾ ਵੀ ਮੈਂ ਜੇ 12 ਵਜੇ ਫ੍ਰੀ ਹੁੰਨਾ ਮੈਂ ਸੋਚਦਾ ਵੀ ਮੈਂ ਬੋਝਾਂ ਮੇਰਾ ਹਰਾ ਪੈਨ ਚੱਲੇ ਤੇ ਲੋਕਾਂ ਦੇ ਚੁੱਲਿਆਂ ਦੀ ਅੱਗ ਬਲੇ ਤੇ ਮੈਨੂੰ ਇਦੋਂ ਵੱਡਾ ਪੁੰਨ ਕੀ ਹੋ ਜਾਦਾ ਪਰ ਅਸੀਂ ਇਹ ਸੋਚਦੇ ਆਂ ਵੀ ਤੁਹਾਨੂੰ ਆਹ ਕਿਉਂ ਨਹੀਂ ਦਿੰਦਾ ਮਾਨ ਸਾਹਿਬ ਨੂੰ ਅਪੀਲ ਕਰਦੇ ਆਂ ਵੀ ਤੁਹਾਨੂੰ ਅਸੀਂ ਵੀ ਤੁਹਾਡੇ ਬੱਚਿਆਂ ਵਰਗੇ ਆਂ ਤੁਹਾਡੇ ਨਾਲ ਖੜੇ ਸੀ ਉਦੋਂ ਪਰ ਤੁਹਾਨੂੰ ਆਹ ਕਿਉਂ ਨਹੀਂ ਦਿੰਦਾ ਵੀ ਅੱਜ ਤੁਹਾਡੇ ਬਾਰਗੇ ਸੜਕਾਂ ਤੇ ਰੋੜ ਰਹੇ ਆਂ ਵੀ ਤੁਸੀਂ ਆਦਰ ਸਟੇਟ ਛੱਡ ਕੇ ਆਪ ਦਾ ਸਟੇਟ ਸੰਭੋ ਤੁਸੀਂ ਕਹਿੰਦੇ ਜੀ ਬਾਹਰ ਵੀ ਉਥੇ ਨੌਕਰੀ ਤੁਸੀਂ ਬਾਹਰੋਂ ਅਸੀਂ ਇਹ ਨਹੀਂ ਆਨੇ ਚਲੋ ਤੁਹਾਡੇ ਹੱਥ ਪੂਰਨ ਬਹੁਤ ਦਿੱਤਾ ਲੋਕਾਂ ਨੇ ਦਿੱਤਾ ਤੁਸੀਂ ਕੁਤ ਪੰਜ ਸਾਲ ਕਰਦੇ ਪਰ ਤੁਸੀਂ ਬਾਹਰ ਦੇ ਸਲਾਹਕਾਰ ਰੱਖ ਲੇ ਮੈਂ ਖੁਦ ਕਹਿਣਾ ਜੀ ਜੇ ਮੈਨੂੰ 10 ਮਿੰਟ ਚਲੋ ਵਿਧਾਨ ਸਭਾ ਜੇ ਲੋਕ ਭਾਉਂਦੇ ਤੇ ਵਿਧਾਨ ਸਭਾ ਚ ਬਹਿੰਦੇ ਆ ਮੈਨੂੰ 10 ਮਿੰਟ ਵਿਧਾਨ ਸਭਾ ਚ ਬੋਲਣ ਦਾ ਟਾਈਮ ਦਿੱਤਾ ਆਵੇ ਇੱਕ ਪਾਸੇ 92 ਦੇ 92 ਐਮਐਲ ਖੜ ਜਾਣਾ ਲਾਈਵ ਹੋ ਕੇ ਵੇਖਣ ਸਾਰੇ ਜੇ ਸਾਡੀ ਕਾਲਜ ਕਮੀ ਹੋਈ ਤਾਂ ਅਸੀਂ ਨੀਵੇਂ ਹੋ ਕੇ ਇਹਨਾਂ ਦੇ 바ਰ ਕੋ ਮੁਰਜਾਂਗੇ ਮੈਂ ਕਹੂੰਗਾ ਸਾਰੇ 92 ਦੇ 92 ਐਮਐਲ ਨੂੰ ਮੇਰੀ ਜੀ ਗੱਲ ਦਾ ਜਵਾਬ ਦੇਣਾ ਸਵਾਲ ਕਰਾਂਗੇ ਇਹੋ ਜੇ ਸਾਨੂੰ ਜਵਾਬ ਜਿਹੜੇ ਵ ਇੱਕ ਗੱਲ ਸੁਣੋ ਮੈਂ ਹੋਰ ਕਹਣਾ ਜਦੋਂ ਵੋਟਾਂ ਤੋਂ ਪਹਿਲਾਂ ਕਿਹੜਾ ਮਰਜ਼ੀ ਕਾਨੂੰਨ ਬਣਾ ਲਓ ਜੀ ਉਦੋਂ ਬਾਅਦ ਕਿਉਂ ਕਾਨੂੰਨ ਕਿਉਂ ਉਦੋਂ ਬਾਅਦ ਕਹਿੰਦੇ ਜੀ ਕਾਨੂੰਨ ਹੈ ਕਾਨੂੰਨ ਆਏ ਆ ਕਾਨੂੰਨ ਜਾਉ ਆ ਕਾਨੂੰਨ ਫਿਰ ਕਾਨੂੰਨ ਤਾਂ ਬਾਬਾ ਬੇਦ ਕਰਦਾ ਬਣਾਇਆ ਹੋਇਆ ਸਾਨੂੰ ਵੀ ਦੱਸ ਦਿਓ ਫਿਰ ਵੀ ਵੋਟਾਂ ਤੋਂ ਪਹਿਲਾਂ ਇਹ ਚੀਜ਼ ਲਿਖੀ ਹੋਣੀ ਹੈ ਕਿਤਾਬ ਚ ਉਹਨਾਂ ਨੇ ਵੀ ਅਸਤਾ ਪੜਿਆ ਨਹੀਂ ਮਹਾਰਾਜਾ ਰਣਜੀਤ ਸਿੰਘ ਆਲਾ ਰਾਜ ਅੱਜ ਤੱਕ ਅਸੀਂ ਪੜਿਆ ਜੀ ਚਲ ਵੱਡ ਵਡੇਰਿਆਂ ਨੇ ਦੇਖਿਆ ਵੀ ਹੈ ਪਰ ਉਹਨਾਂ ਦੇ ਰਾਜ ਦੇ ਇਨਕਲਾਬੀ ਭਗਤ ਸਿੰਘ ਦੇ ਨਾਂ ਤੇ ਜੋ ਬਸੰਤੀ ਰੰਗ ਸੀਗਾ ਜਿਹੜੀ ਉਹਦੀ ਸੋਚ ਸੀਗੀ ਭਗਤ ਸਿੰਘ ਦੀ ਪਰ ਅੱਜ ਉਹ ਜਿਹੜੇ ਵਾਰਸ ਹੋ ਰਹੇ ਆ ਤੁਹਾਡੇ ਸਾਹਮਣੇ ਬਗਾ ਕੁੜੀਆਂ ਬੈਠੀਆਂ ਜੀ ਅਸੀਂ ਤਾਂ ਆਪਕਹਨੇ ਵੀ ਕਿਸੇ ਦੀ ਜਾਨ ਐਹੋ ਜੀ ਸਾਨੂੰ ਨੌਕਰੀ ਨਹੀਂ ਚਾਹੀਦੀ ਕਿਸੇ ਦੀ ਜਾਨ ਲੈ ਕੇ ਅਸੀਂ ਨੌਕਰੀ ਨਹੀਂ ਕਰਨੀ ਚਾਹੁੰਦੇ ਪਰ ਅਸੀਂ ਵਾਰ-ਵਾਰ ਸੀਐਮ ਸਾਹ ਨੂੰ ਅਪੀਲ ਕਰਦੇ ਆ ਮਾਨ ਸਾਹਿਬ ਤੁਸੀਂ ਧਿਆਨ ਮਾਰੋ ਆਪਦਾ ਵੀ ਐਡਾ ਤਾਂ ਕੋਈ ਹੋਮਵਰਕ ਹੈ ਨਹੀਂ ਜਿਹੜੇ 5-7 5 ਮਿੰਟ ਵੀ ਨਹੀਂ ਮਿਲ ਸਕਦੇ ਮੈਂ ਓਐਸਡੀ ਨੂੰ ਗਿਆ ਜੀ ਨਵਰਾਜ ਨੂੰ ਵੀ ਮਿਲੇ ਅਸੀਂ ਦਲਜੀਤ ਨੂੰ ਵੀ ਮਿਲੇ ਮੈਂ ਕਿਹਾ ਜੀ ਐਡਾ ਵੀ ਹੋਮ ਕੋਈ 5 ਕਹਿੰਦੇ ਨਹੀਂ ਕਟੋਗੜਜੀ ਚ ਦੋ ਦਿਨ ਰਹਿ ਹਰੇਕ ਦਾ ਦਰਵਾਜ਼ਾ ਖੜਕਾਇਆ ਜੀ ਉਥੇ ਰਾਗਵ ਚੱਡੇ ਨੇ ਤਾਂ ਸਾਡੇ ਚ ਨਿਗਾ ਚ ਨਿਗਾ ਵੀ ਨਹੀਂ ਪਾਈ ਜੀ ਤੇ ਤੁਸੀਂ ਇਹ ਦੇਖੋ ਵੀ ਜਿਹੜਾ ਅੰਕਿਤ ਗਰਗ ਉਹਨਾਂ ਨੇ ਹੁਣ ਸਲਾਹਕਾਰ ਲਾਇਆ ਲੱਖ ਰੁਪਇਆ ਪੰਜਾਬ ਦੇ ਖਜ਼ਾਨੇ ਚ ਤਨਖਾਹ ਲੈ ਰਿਆ ਸਾਡੇ ਚ ਦੱਸੋ ਅਸੀਂ ਅਸੀਂ ਸਲਾਹਕਾਰ ਬਣਦੇ ਹਾਂ ਦੱਸੋ ਕੀ ਸਲਾਹ ਲੈਣੀ ਹੈ ਅਸੀਂ ਦੱਸ ਦਿਆਂ ਸਾਨੂੰ ਕਿਹੜਾ ਜੇ ਅਸੀਂ ਸਰਕਾਰ ਬਣਾ ਸਕਦੇ ਹਾਂ ਸਾਨੂੰ ਸਰਕਾਰ ਚਲਾਉਣੀ ਵੀ ਆਉਂਦੀ ਹੈ ਜੇ ਕੰਟਰੈਕਟ ਤੇ ਤੁਸੀਂ ਕੰਮ ਹੀ ਰੱਖਦੇ ਆ ਨੌਕਰੀਆਂ ਰੱਖਦੇ ਆ ਫਿਰ ਇਹ ਵੀ ਕਾਨੂੰਨ ਬਣਾਵੇ ਆਪਾਂ ਭਗਵੰਤ ਮਾਲੇਕ ਕਾਨੂੰਨ ਬਣਾ ਦੇ ਵੀ ਅਦਰ ਸਟੇਟ ਦਾ ਬੰਦਾ ਨਹੀਂ ਹੋਣਾ ਚਾਹੀਦਾ ਪੰਜਾਬ ਚ ਇੰ ਤੇ ਜੇ ਕੋਈ ਸਲਾਹ ਵੀ ਲੈਣੀ ਹੈ ਜੇ ਅਸੀਂ ਫਿਰ ਅਸੀਂ ਕਹਿ ਸਕਦੇ ਹਾਂ ਅਸੀਂ ਕਾਨੂੰਨ ਬਣਾਉਣੇ ਆ ਅਸੀਂ ਬੇਰਜਗਾਰ ਇੱਕ ਅਪੀਲ ਕਰਦੇ ਹਾਂ ਮਾਨਯੋਗ ਪੰਜਾਬ ਹਾਈ ਕੋਰਟ ਨੂੰ ਅਪੀਲ ਕਰਦੇ ਹਾਂ ਅਸੀਂ ਖੁਦ ਕੈਪਟਨ ਨੇ ਤਲਵੰਡੀ ਸਾਬੋ ਸੌਂ ਖਾਧੀ ਸੀ ਸਾਰਿਆਂ ਨੂੰ ਪਤਾ ਗੁਰੂ ਘਰ ਦਾ ਨਹੀਂ ਬਣਿਆ ਜਿਹੜਾ ਰਾਜਾ ਜੀ ਪੰਜ ਸੱਤ ਬੰਦਿਆਂ ਨੇ ਵੀ ਸੌਂ ਖਾਧੀ ਅਸੀਂ ਐਫ ਆਰ ਆਈ ਦਰਜ ਕਰਾਉਣੇ ਆ ਮਾਨਯੋਗ ਪੰਜਾਬ ਹਾਈ ਕੋਰਟ ਸਾਨੂੰ ਸਹਿਮਤ ਹੋਵੇ ਵੀ ਅਸੀਂ 2 ਮਹੀਨੇ ਚ ਬੰਦੀ ਕਾਰਵਾਈ ਕਰਾਂਗੇ ਕਾਨੂੰਨ ਕਿਦੇ ਆਸਤੇ ਆ ਜੀ ਸਾਡੇ ਆਸਤੇ ਕਾਨੂੰਨ ਹੈ ਇਹਨਾਂ ਆਸਤੇ ਕੋਈ ਰਾਜ ਘਰਾਨੇ ਆਸਤੇ ਕੋਈ ਕਾਨੂੰਨ ਨਹੀਂ ਅਫਸਰਾਂ ਵੱਡੇ ਇਹਨਾਂ ਦਾ ਆਪਦਾ ਬਣਾਇਆ ਜਾਂਦਾ ਕਾਨੂੰਨ ਹੈ ਬਿਲਕੁਲ ਬਿਲਕੁਲ ਬਾਈ ਜੀ ਚਲੋ ਸਾਰੀਆਂ ਗੱਲਾਂ ਹੋ ਗਈਆਂ ਹੁਣ ਕੀ ਮੰਗ ਮੇਨ ਕੀ ਆ ਟਾਵਰ ਤੋਂ ਕਦੋਂ ਉਤਰੋਗੇ ਟਵੀਟ ਕਰਕੇ ਉਤਰੋਗੇ ਜਾਂ ਕਿਵੇਂ ਉਤਰੋ ਮੇਨ ਮੰਗ ਤਾਂ ਇਹੀ ਹੈ ਜੀ ਭਗਵੰਤ ਮਾਨ ਸਾਹਿਬ ਨੂੰ ਸਬਦ ਦਿੰਦਾ ਜੀ ਪ੍ਰਸ਼ਾਸਨ ਨੇ ਵੀ ਦੱਸਤਾ ਇੱਕ ਨੰਬਰ ਦਾ ਕੰਮ ਹੈ ਜੈਨੂਲ ਇੱਕ ਹੱਕ ਮਾਰੇ ਬੈਠੇ ਆ ਜੀ 32 32 ਸਾਲ ਦੇ ਹੋ ਗਏ 55 58 ਸਾਲ ਤੇ ਰਿਟਾਇਰਮੈਂਟ ਸਰਵਿਸ ਜੋ ਵੀ ਸਰਕਾਰੀ ਹੈ 20 20 ਸਾਲ ਸਰਵਿਸ ਕਰਨੀ ਕੋਈ ਸਾਡੇ ਚ ਕਮੀ ਅਸੀਂ ਕਹਿੰਦੇ ਤੁਹਾਡੇ ਨਾਲ ਹਰੇਕ ਸੈਟਿਫਾਈਆਂ ਕੋਈ ਖਿਜਾਨੇ ਤੇ ਬੋਝ ਨਹੀਂ ਬਣਦੇ ਸਾਡਾ 5 ਸਾਲ ਦਾ ਪ੍ਰੀਪੇਡ ਮੀਟਰ ਪਿਆ ਜੀ ਅਸੀਂ ਕੋਈ ਤਨਖਾਹ ਨਹੀਂ ਲੈਣੀ ਅਸੀਂ ਕਹਿੰਦੇ ਅੱਜ ਤੋਂ ਲਾਗੂ ਕਰ ਦਿਓ ਪਰ ਅਸੀਂ ਮਾਨਸਾਬ ਨੂੰ ਇਹ ਅਪੀਲ ਕਰਦੇ ਆਂ ਵੀ ਟਵੀਟ ਕਰਕੇ ਜਾਂ ਕੋਈ ਤੁਹਾਡਾ ਸਰਕਾਰ ਦਾ ਨੁਮਾਇੰਦਾ ਕੋਈ ਵੀ ਭੇਜ ਕੇ ਤੇ ਲਾਈਵ ਹੋ ਕੇ ਤੁਹਾਨੂੰ ਟਾਈਮ ਦੇ ਦੇਣਾ ਜਿੰਨੇ ਚਿਰ ਦਾ ਅਸੀਂ ਵੇਟ ਕਰ ਲਾਂਗੇ ਵੀ ਤੁਹਾਡਾ ਲਿਖ ਕੇ ਮੀਡੀਆ ਚ ਬਿਲਕੁਲ ਜੀ ਸੋ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਟਵੀਟ ਚਾਉਂਦੇ ਨੇ ਕਿਉਂਕਿ ਪੁਲਿਸ ਕਰਮਚਾਰੀ ਨੇ ਜਿਨ੍ਹਾਂ ਦੀ ਭਰਤੀ ਹੋਣੀ ਸੀ 2016-17 ਚ ਪਰ ਪ੍ਰਕਿਰਿਆ ਪੂਰੀ ਸੰਪੂਰਨ ਨਹੀਂ ਹੋ ਸਕੀ ਕਿਤੇ ਨਾ ਕਿਤੇ ਫਿਜ਼ੀਕਲ ਟੈਸਟ ਦਿੱਤਾ ਉਹ ਤੋਂ ਵਾਸਤੇ ਰੁਕੀ ਕਿਉਂਕਿ ਉਦੋਂ ਜੇ ਸਰਕਾਰ ਦੀ ਗੱਲ ਕਰੀਏ ਤਾਂ ਸਰਕਾਰ ਸ਼੍ਰੋਮਣੀ ਅਕਾਲੀ ਦਲ ਸੀ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ 5 ਸਾਲ ਰਹੀ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਪਰ ਜੋ ਇਹ ਪੁਲਿਸ ਕਰਮਚਾਰੀ ਨੇ ਜਿਨ੍ਹਾਂ ਨੇ ਭਰਤੀ ਹੋਣਾ ਸੀ ਨਹੀਂ ਭਰਤੀ ਹੋਏ ਹੁਣ ਵੱਡੇ ਪ੍ਰਦਰਸ਼ਨ ਕਰ ਰਹੇ ਨੇ ਟਾਵਰ ਦੀਆਂ ਤਸਵੀਰਾਂ ਤੁਹਾਨੂੰ ਦੁਬਾਰਾ ਫੇਰ ਦਿਖਾਉਂਦੇ ਆ ਕਿ ਟਾਵਰ ਤੇ ਚੜੇ ਹੋਏ ਨੇ ਪੁਲਿਸ ਕਰਮਚਾਰੀ ਜਿਹੜੇ ਕਹਿ ਰਹੇ ਨੇ ਕਿ ਅਸੀਂ ਪੁਲਿਸ ਵਿੱਚ ਭਰਤੀ ਹੋਣਾ ਸੀ ਪਰ ਸਾਨੂੰ ਅਥਾਰਟੀ ਲੈਟਰ ਨਹੀਂ ਦਿੱਤੇ ਗਏ ਅਤੇ ਉਹਨਾਂ ਨੇ ਨੈਸ਼ਨਲ ਹਾਈਵੇ ਬਠਿੰਡਾ ਤੋਂ ਚੰਡੀਗੜ੍ਹ ਨੂੰ ਜਾਮ ਕੀਤਾ ਹੈ ਅਤੇ ਟਾਵਰ ਤੇ ਚੜ ਚੁੱਕੇ ਹਨ ਹੁਣ ਦੇਖਣਾ ਹੋਵੇਗਾ ਕਿ ਕਦੋਂ ਉਤਰਨਗੇ ਕਿਉਂਕਿ ਮੰਗ ਕਰ ਰਹੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਟਵੀਟ ਕਰਨ ਕਿ ਇਹਨਾਂ ਨੂੰ ਨੌਕਰੀ ਦਿੱਤੀ ਜਾਵੇਗੀ ਤਾਂ ਹੀ ਅਸੀਂ ਉਤਰਾਂਗੇ ਵੱਡਾ ਪ੍ਰਦਰਸ਼ਨ ਹੋ ਰਿਹਾ ਹੁਣ ਦੇਖਣਾ ਹੋਵੇਗਾ ਕਿ ਟਵੀਟ ਹੁੰਦਾ ਹੈ ਜਾਂ ਨਹੀਂ ਹੁੰਦਾ ਹੈ ਤਾਂ ਕਦੋਂ ਉਤਰਨਗੇ ਇਹ ਜੋ ਵੀ ਸੰਘਰਸ਼ ਕਰਨ ਵਾਲੇ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ